ਜੇਲ੍ਹਾਂ ਦੀ ਤਾਂ ਚਰਚਾ ਮਿੰਟੂ ਜੀ ਗੱਲਾਂ ਕਿ ਮੇਲਾ ਦਾ ਵੀ ਕੋਈ ਕੋਨਾ ਬਚਿਆ ਨਹੀਂ ਉਹਨਾਂ ਜਿੱਥੇ ਨਹੀਂ ਹੋਈ ਹੋਣੀ ਤਾਂ ਪੰਜਾਬ ਦੀ ਪੰਜਾਬ ਦੀ ਜੇਲ੍ਹਾਂ ਦੀ ਜੇਲ੍ਹ ਦੀ ਚਰਚਾ ਬਿਲਕੁਲ ਬਿਲਕੁਲ ਚਰਚਾ ਗਲੀ ਗਲੀ ਜਿਵੇਂ ਬੰਦ ਰੱਖੀਏ ਨੇ ਗਾਇਆ ਸੀਗਾ ਨਾ ਜੀ ਤਾਂ ਇੱਥੇ ਤੇ ਚਰਚਾ ਜਿਹੜੀ ਆ ਵਾਕਿਆ ਗਲੀ ਗਲੀ ਹੋ ਗਈ ਆ ਜੀ 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 ਬਿਲਕੁਲ ਬਿਲਕੁਲ ਤਾਂ ਹੁਣ ਜੇਲ੍ਹਾਂ ਨੂੰ ਲੈ ਕੇ ਇੱਕ ਰਿਪੋਰਟ ਆ ਗਈ ਹੈ ਕਹਿੰਦੇ ਕਿ ਜੀ ਟੂੜੀ ਵਾਂਗ ਐ ਤੁੰਤੁਨ ਕੇ ਭਰਿਆ ਹੋਊਗਾ ਨਹੀਂ ਕਹਿੰਦੇ ਕਿ ਓਵਰਕਰਾਊਡੀ ਬਹੁਤ ਜ਼ਿਆਦਾ ਜੇਲ੍ਹਾਂ ਦੇ ਵਿੱਚ ਤਾਂ ਜੀ ਜੀ ਦੇਖੋ ਬਿਤੇ ਦਿਨੀ ਜਿਹੜੀ ਇਹ ਰਿਪੋਰਟ ਆਈ ਸੀਗੀ ਹੁਣ ਦੇਖੋ ਜੇਲ੍ਹਾਂ ਦਾ ਰੌਲਾ ਸਾਰੇ ਪਾ ਰਹੇ ਆ ਜੜ ਤੱਕ ਕੋਈ ਨਹੀਂ ਜਾ ਰਿਹਾ ਕਿ ਜੜ ਕਿੱਥੇ ਹੁੰਦੀ ਹੈ ਨਾ ਸਮੱਸਿਆਵਾਂ ਦੀ ਸਾਨੂੰ ਜੜ ਤੱਕ ਜਾਣ ਵਾਸਤੇ ਆਪਣਾ ਵਿਜ਼ਨ ਜਿਹੜਾ ਹੈ ਨਾ ਉਹ ਬਣਾਉਣਾ ਪਵੇਗਾ ਕਿ ਅਸਲ 'ਚ ਆ ਸਮੱਸਿਆਵਾਂ ਨੇ ਅਸੀਂ ਉਹਨਾਂ ਦੇ ਹੱਲ ਵਾਸਤੇ ਸਰਕਾਰ ਤੇ ਜ਼ੋਰ ਪਾਈਏ ਤਾਂ ਕਿ ਚੀਜ਼ਾਂ ਜਿਹੜੀਆਂ ਬੁਨਿਆਦੀ ਤੌਰ ਤੇ ਹੱਲ ਹੋਣ ਅਸੀਂ ਮਤਲਬ ਕਿ ਹਲਾ ਹਲਾ ਲਾ ਇੱਕ ਖਬਰ ਦੇ ਮਗਰ ਪੈ ਗਈ ਫਿਰ ਦੂਸਰੀ ਆ ਗਈ ਤੀਸਰੀ ਆ ਗਈ ਗੈਂਗਸਟਰ ਦੀ ਆ ਗਈ ਕਿਸੇ ਕਲਾਕਾਰ ਦੀ ਆ ਗਈ ਕਿਸੇ ਰੀਲ ਵਾਲੇ ਦੀ ਆ ਗਈ ਇਦਾਂ ਹੀ ਬਸ ਚੱਲੀ ਜਾਂਦਾ ਹੈ ਜੀ ਜਿਹੜੀ ਟ੍ਰਿਬਿਊਨ ਨੇ ਉਹ ਰਿਪੋਰਟ ਛਾਪੀ ਹੈ ਤਾਜ਼ਾ ਸੂਰਤ ਹਾਲ ਜਿਹੜੀ ਦੱਸੀ ਹੈ ਕਿ ਪੰਜੀ ਜ਼ਿਲਾਂ ਦੇ ਵਿੱਚ ਜੀ 26000 ਦੀ ਕੈਪੈਸਿਟੀ ਹੈ ਤੇ ਬੰਦ ਹੈ ਇਸ ਵੇਲੇ ਬੰਦੀ ਜਿਹੜੇ ਆ ਉਹ ਹੈਗੇ ਨੇ 30400 ਤੋਂ ਵੀ ਵੱਧਾ ਯਾਨੀ 30000 ਜੀ ਇਹਦਾ ਮਤਲਬ ਹੈ ਕਿ ਇੱਕ ਹਿੱਸਾ ਹੀ ਹੀ ਓਵਰਕਰਾਊਡ ਹੈ ਜੀ ਜਿੰਨੀ ਕੈਪੈਸਿਟੀ ਆ ਉਹਦਾ ਇੱਕ ਹਿੱਸਾ ਲਾ ਲਓ ਜੀ ਹੁਣ ਇਹਦੇ ਵਿੱਚ ਇੱਕ ਬੰਦਾ ਇਹੀ ਸੋਚ ਕੇ ਕਹੇਗਾ ਕਿ ਕੀ ਆ ਜਿਲ੍ਹਾ ਤਾਂ ਇੰਨੀਆਂ ਵੱਡੀਆਂ ਜਿਲ੍ਹਾ ਨੇ 2 4000 5000 ਬੰਦਾ ਵਾਫਰ ਚਲੇ ਗਿਆ ਤੇ ਕੀ ਆਖਰ ਆ ਗਈ ਬਿਲਕੁਲ ਜਗ੍ਹਾ ਤਾਂ ਹੋਣੀ ਹਾਂਜੀ ਜੀ ਅਸਲ ਚ ਕੀ ਹੈ ਕਿ ਜਿਹੜੀ ਜੇਲ ਮੰਨ ਲਓ ਇਸ ਤਰ੍ਹਾਂ ਓਵਰਕਰਾਊਡਡ ਜੇਲ ਮੰਨੀ ਜਾਂਦੀ ਆ ਜਾਂ ਜਿਹਦੇ ਚ ਕਪੈਸਿਟੀ ਤੋਂ ਵੱਧ ਕੈਦੀ ਜਿਹੜੇ ਆ ਉਤਾੜੇ ਜਾਂਦੇ ਨੇ ਉੱਥੇ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਨੇ ਜੀ ਹੁਣ ਮੈਂ ਇੱਕ ਤੁਹਾਨੂੰ ਮਿਸਾਲ ਦੇਣਾ ਅੱਜ ਤੋਂ ਪਹਿਲਾਂ 4 ਕੋ ਸਾਲ 5 ਸਾਲ ਪਿੱਛੇ ਚਾ ਕੇ ਵੇਖੋ 7 ਸਾਲ ਪਿੱਛੇ ਚਾ ਕੇ ਵੇਖੋ ਗੈਂਗਸਟਰ ਸੰ ਜੀਲਾ ਦੇ ਵਿੱਚ 25 30 ਵੱਧ ਵੱਧ ਪੰਜਾਬੂ ਕੇ ਜੀ ਜਿਹੜੇ ਲਾਲੋ ਕੇ ਅੱਜ ਦੇ ਦੌਰ ਦੇ ਮੁਤਾਬਕ ਇੱਕ ਕੈਟਾਗਰੀ ਵਾਲੇ ਜੀ ਦੋ ਨੂੰ ਉੱਥੇ ਬੰਦ ਕਰ ਦਿੱਤਾ ਚਾਰ ਨੂੰ ਉੱਥੇ ਕਰ ਦਿੱਤਾ ਕੋਈ ਰੋਪੜਾ ਕੋਈ ਨਾਬੇਆ ਕੋਈ ਕਿਤੇ ਕੋਕ ਕਿਤੇ ਚਾਰ ਚਾਰ ਪੰਜ ਪੰਜ ਬੰਦੇ ਉਹਨਾਂ ਤੇ ਨਿਗ੍ਹਾ ਰੱਖ ਲੋ ਜੇ ਕੁਝ ਵੀ ਹੈ ਕੋਈ ਗੈਂਗਵਾਰ ਨਹੀਂ ਹੋਏ ਕੋਈ ਬਹੁਤ ਵੱਡੇ ਰੈਕੋਰਡ ਨਹੀਂ ਚੱਲੇ ਤੇ ਕੋਈ ਵੱਡੀਆਂ ਇੰਟਰਵਿਊਜ਼ ਨਹੀਂ ਹੋਈਆਂ ਜੀ ਜਿਵੇਂ ਜਿਵੇਂ ਗਿਣਤੀ ਵੱਧਦੀ ਗਈ ਅੱਜ ਤੁਸੀਂ ਦੇਖੋ ਸੈਂਕੜਿਆਂ ਚ ਹੈ ਅੱਜ ਇਹਨਾਂ ਨੂੰ ਸੰਭਾਲਣਾ ਗੈਂਗਸਟਰਾਂ ਨੂੰ ਬਹੁਤ ਔਖਾ ਕਰਨਾ ਹੈ ਜੀ ਜਿੱਦੀ ਅਸੀਂ ਅਕਸਰ ਗੱਲ ਕਰਦੇ ਹਾਂ ਇਸੇ ਤਰ੍ਹਾਂ ਇੱਕ ਜੇ ਨਾਰਮਲ ਗਿਣਤੀ ਤੇ ਲਾਓਗੇ ਇਹ ਜੇਲ੍ਹਾਂ ਦੀ ਕਪੈਸਿਟੀ ਜਾਂ ਜੇਲ੍ਹਾਂ ਦੀ ਜਿਹੜੀ ਸਟਰੈਂਥ ਹੈ ਇਹਨਾਂ ਨੂੰ ਜੇਲ੍ਹ ਦੀ ਬਾਸ਼ਾ ਚ ਗਿਣਤੀ ਕਿਹਾ ਜਾਂਦਾ ਹੈ ਕਿ ਜੇਲ੍ਹ ਦੀ ਗਿਣਤੀ ਕਾਗਜ਼ਾਂ 'ਚ ਕਪੈਸਿਟੀ ਕਿੰਨੀ ਹੈ ਤਾਂ ਗਿਣਤੀ ਚੱਲ ਕਿੰਨੀ ਰਹੀ ਹੈ ਬੰਦੀਆਂ ਦੀ ਗਿਣਤੀ ਹੈ ਕਿੰਨੀ ਆ ਜੀ ਤਾਂ ਜੇ ਹੁਣ ਗਿਣਤੀ ਦੇ ਲਿਆ ਸ ਨਾਲ ਤੁਸੀਂ ਆਮ ਕੈਦੀਆਂ ਦੇ ਦੇਖੋਗੇ ਕਿ ਕੀ ਕੀ ਪ੍ਰਭਾਵ ਹੁੰਦੇ ਆ ਗੈਂਗਸਟਰਾਂ ਵਾਲਾ ਤਾਂ ਆਪਾਂ ਮੁੱਦਾ ਸ਼ੋਹ ਲਿਆਨਾ ਕਿ ਔਖਾ ਹੋ ਹੀ ਜਾਊਗਾ ਜਿੰਨੇ ਉਹ ਜ਼ਿਆਦਾ ਹੋਣਗੇ ਲੜਾਈ ਝਗੜਾ ਫਿਰ ਨੈਟਵਰਕ ਆਪਰੇਟਿੰਗ ਸਿਸਟਮ ਜੋ ਉਹਨਾਂ ਦਾ ਹੁੰਦਾ ਹੈ ਜੀ ਉਹ ਪਲੱਸ ਮਤਲਬ ਕਿ ਅਗਾਹ ਕ੍ਰਾਈਮ ਨੂੰ ਅੰਜਾਮ ਦੇਣ ਵਾਸਤੇ ਉਥੋਂ ਭਰਤੀ ਹੋਈ ਜਾਂਦੀ ਹੈ ਕਈ ਤਰ੍ਹਾਂ ਦੇ ਚੈਲੰਜ ਨੇ ਮਲਟੀਪਲ ਚੈਲੰਜ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਜੀ ਹੁਣ ਜੇ ਆਮ ਤੁਸੀਂ ਸਿਸਟੇਮੈਟਿਕਲੀ ਚਲਦੀਆਂ ਜੇਲ੍ਹਾਂ ਦਾ ਹਾਲ ਦੇਖੋਗੇ ਕਿ ਜਦੋਂ ਓਵਰ ਕੈਪੈਸਿਟੀ ਹੋ ਜਾਂਦੀ ਹੈ ਓਵਰ ਕਰਾਊਡਡ ਜੇਲ੍ਹਾਂ ਹੋ ਜਾਂਦੀਆਂ ਨੇ ਤਾਂ ਮਸਲਾ ਵਿਗੜਦਾ ਇਸ ਕਰਕੇ ਕਿਉਂਕਿ ਨਿਗਰਾਨੀ ਰੱਖਣੀ ਜਿਹੜੀ ਉਹ ਸੰਭਵ ਨਹੀਂ ਰਹਿੰਦੀ ਜੀ ਮਸਲਨ ਕਿ ਇੱਕ ਜੇਲ ਦੀ ਕਪੈਸਿਟੀ 3000 ਆ ਤੇ ਵਾਧੇ ਵਾਧੇ ਕੈਦੀ ਉੱਥੇ 4000 ਹੋ ਗਿਆ ਜੇਲ ਦੇ ਸਟਾਫ ਦੀ ਉਹ ਨਫਰੀ ਤਾਂ ਵਧਰੀ ਨਹੀਂ ਹੈ ਨਾ ਜੀ ਜੀ ਉਹਨਾਂ ਦੇ ਮੁਕਾਬਲੇ ਉਹਨਾਂ ਹੀ ਔਖਾ ਹੋਈ ਗਿਆ ਬਿਲਕੁਲ ਜੀ ਪੰਜਾਬ ਦੀਆਂ ਜੇਲਾਂ ਦਾ ਇਹ ਹਾਲ ਹੈ ਅੱਜ ਤੋਂ ਮੈਂ ਤੁਹਾਨੂੰ ਕੋਈ ਤਕਰੀਬਨ 20 ਸਾਲ ਪੁਰਾਣੀ ਗੱਲ ਦੱਸਾਂ ਤਾਂ ਉੱਥੇ ਮਤਲਬ ਕਿ ਜਿਹੜਾ ਲਾਂਘਾ ਹੁੰਦਾ ਸੀਗਾ ਨਾ ਜੀ ਉਹਦੇ ਵਿੱਚ ਵੀ ਬੰਦੇ ਪੈ ਵਾਸ਼ਰੂਮ ਦੇ ਗੇਟ 'ਚ ਵੀ ਬੰਦੇ ਪੈ। દિਵਾਲੀ ਆਈ ਤਾਂ ਉਸ ਬਰਕ ਦੇ ਅੱਗੇ ਜਿਹੜਾ ਬਰਾਂਡਾ ਸੀ ਉਹ ਵੀ ਖੋਲ ਦਿੱਤਾ ਗਿਆ। ਜੀ। ਮਤਲਬ ਕਿ ਬਰਕ ਦੀ ਕਪੈਸਿਟੀ ਨਾਲੋਂ ਮੇਰਾ ਮੰਨਣਾ ਕਿ ਮੈਂ ਖੁਦ ਦੇਖਿਆ ਕਿ 4-5 ਗੁਣਾ ਜ਼ਿਆਦਾ ਕੈਦੀ ਦੁਰੇ। ਜੀ। ਇੱਕ ਤਾਂ ਨਿਗਰਾਨੀ ਤੰਤਰ ਤੁਹਾਡਾ ਪ੍ਰਭਾਵਿਤ ਹੋ ਗਿਆ। ਸੈਕੰਡ ਚੀਜ਼ ਜਿਹੜੀ ਹੈ ਕਿ ਉੱਥੇ ਬਿਮਾਰੀਆਂ ਵਧਣ ਗਈਆਂ। ਜੀ। ਲੜਾਈਆਂ ਵਧਣ ਗਈਆਂ। ਚੋਰੀਆਂ ਵਧਣ ਗਈਆਂ। ਬਿਲਕੁਲ। ਜਿੰਨੇ ਜ਼ਿਆਦਾ ਹੋਣਗੇ ਮਾਰੂ ਮਰਤ ਹੋਈ ਗਈ ਹੋਈ ਉਹ ਸਾਰਾ ਕੁਝ ਹੋਈ ਹੋਏਗਾ ਹੋਏ ਗਈ ਜੀ ਤਾਂ ਦੂਜੀ ਸਮੱਸਿਆ ਇਹ ਆ ਜਾਂਦੀ ਆ ਜੇਲ੍ਹ ਦੇ ਵਿੱਚ ਬਿਮਾਰੀਆਂ ਬਹੁਤ ਲੱਗਦੀਆਂ ਕਿ ਇੱਕ ਬੰਦਾ ਹੁਣ ਇੱਕ ਮਤਲਬ ਕਿ ਜਿਹੜਾ ਟੁਕਮਾ ਸਪੇਸ ਹੈ ਉਹ ਰੱਖ ਰਿਆ ਤੇ ਇੱਕ ਬੰਦੇ ਤੇ ਬੰਦਾ ਚੜਿਆ ਪਿਆ ਯਾਰ ਜਿਸ ਤਰ੍ਹਾਂ ਤੂੜੀ ਆਪਾਂ ਕੁੱਪ ਚ ਪਾ ਦਿੰਨੇ ਆ ਜਾਂ ਕੋਠੇ ਚ ਤੁੰਨ ਕੇ ਤੂੜੀ ਭਰ ਦਿੰਨੇ ਆ ਉਹਦੇ ਨਾਲ ਖਾਰਸ਼ ਖੁਰਕ ਹਾ ਅਲਰਜੀ ਤੁਹਾਡੀ ਬਹੁਤ ਫੈਲਦੀ ਹੈ ਇਹ ਇਹ ਬਹੁਤ ਪੁਰਾਣੀਆਂ ਗੱਲਾਂ ਮੈਂ ਦੱਸ ਰਿਹਾ ਤੁਹਾਡਾ ਜੀ ਅੱਜ ਦੇ ਦੌਰ ਚ ਵੀ ਲਾਗੂ ਨੇ ਤਾਂ ਇਹ ਚੀਜ਼ਾਂ ਉੱਤੇ ਬਹੁਤ ਜ਼ਿਆਦਾ ਸਮੱਸਿਆਵਾਂ ਫਿਰ ਡਾਈਟ ਡਾਈਟ ਵੀ ਕੀ ਹੈ ਕਿ ਦਾਲ ਤੇ ਉਹ ਹੀ ਰਹਿ ਜਾਣੀ ਪਾਣੀ ਵਧ ਜਾਣਾ ਬਿਲਕੁਲ ਕਾਗਜ਼ਾਂ ਵਾਲੀ ਡਾਈਟ ਥੋੜੀ ਅੱਗੇ ਦਿੰਦੇ ਨੇ ਉਹ ਡਾਈਟ ਵੀ ਰਫੇਰਿਆ ਸੋ ਕਈ ਸਮੱਸਿਆਵਾਂ ਇਹਦੇ ਨਾਲ ਜੁੜ ਜਾਂਦੀਆਂ ਹੁਣ ਇਹ ਜਿਹੜੀ ਰਿਪੋਰਟ ਨੇ ਗੱਲ ਕਹੀ ਕਿ ਵੇਖੋ ਇਹਦੇ ਚ 80% ਤੇ ਜਿਹੜੇ ਆ ਉਹ ਕੱਚੇ ਕੈਦੀ ਨੇ ਜਿਹੜੇ ਅੰਡਰ ਟਰਾਇਲ ਨੇ ਭਾਪ ਜਿਨ੍ਹਾਂ ਨੂੰ ਅਲੇ ਸਜ਼ਾ ਨਹੀਂ ਹੋਈ ਕੇਸ ਚੱਲ ਰਹੇ ਹਸਪਤਾਲ ਜੀ ਬਿਲਕੁਲ ਯਾਨੀ ਚਾਰ ਹਿੱਸੇ ਉਹ ਕੈਦੀ ਨੇ ਜਿਹੜੇ ਕੱਚੇ ਨੇ ਇੱਕ ਹਿੱਸਾ ਪੱਕਿਆਂ ਦਾ ਪੱਕਿਆਂ ਦਾ ਯਾਨੀ ਸਜ਼ਾ یافتਾ ਜਿਹੜੇ ਹੁਣ ਗੱਲ ਦੂਸਰੇ ਪਾਸੇ 'ਚ ਇੱਕ ਹੋਰ ਦੇਖੀਏ ਦਿੱਕਤ ਇਹ ਆਉਂਦੀ ਹੈ ਕਿ ਬਹੁਤੇ ਜਿਹੜੇ ਕੈਦੀ 80% ਨੇ ਅੰਡਰ ਟ੍ਰਾਇਲ ਉਹ ਛੋਟੇ ਕ੍ਰਾਈਮ ਵਾਲੇ ਆ ਚੋਰੀ ਵਾਲੇ ਆ ਜਾਂ ਛੋਟਾ ਮੋਟਾ ਨਸ਼ਾ ਬਰਾਮਦ ਹੋਇਆ ਉਹਦੇ ਵਾਲੇ ਆ ਕਿਉਂਕਿ ਮਗਰ ਆਉਂਦਾ ਨਹੀਂ ਆਧਤਨ ਮੁਜਰਮ ਨੇ ਜੀ ਹੁਣ ਇਹ ਪਰੇਸ਼ਾਨੀ ਹੈ ਕਿ ਜੇ ਛੱਡ ਕੇ ਉਹਨਾਂ ਨੂੰ ਕਪੈਸਿਟੀ ਦੇ ਅਨੁਸਾਰ ਗਿਣਤੀ ਘਟਾਈ ਜਾਂਦੀ ਹੈ ਜੇਲਾਂ ਦੀ ਹੋ ਸਕਦਾ ਹੈ ਪਰੰਤੂ ਫੇਰ ਉਹ ਆ ਕੇ ਫੇਰ ਉਹ ਹੀ ਕੰਮ ਕਰਦੇ ਆ ਹਾਂ ਦੂਜੇ ਇਹ ਪੁਲਿਸ ਵਾਸਤੇ ਬੜੀ ਵਿਪਤਾ ਦਾ ਸਵਾਬ ਹੈ ਉਹ ਕਹਿੰਦੇ ਅਸੀਂ ਫੜ ਕੇ ਭੇਜਦੇ ਆ ਕਰੋਨਾ ਵੇਲੇ ਤੇ ਚੋਰਾਂ ਨੂੰ ਛੋਟੇ ਮੋਟੇ ਨੂੰ ਲੈਂਦੇ ਨਹੀਂ ਸਾਂ ਤਾਂ ਇਹ ਵੀ ਇੱਕ ਦਿੱਕਤ ਹੈ ਨਾ ਕੀ ਕਰੋਗੇ ਤਾਂ ਇਹਦਾ ਹੱਲ ਤਾਂ ਇਹੋ ਹੀ ਆ ਕਿ ਬਈ ਹੁਣ ਜਿਹੜੇ ਹਾਰਡ ਕੋਰ ਅਪਰਾਧੀ ਉਹਨਾਂ ਵਾਸਤੇ ਵੱਖਰੀਆਂ ਜੇਲਾ ਬਣਾਈਆਂ ਜਾਣ ਜੀ ਕੋਈ ਇੱਕ ਜੇਲ ਤਾਂ ਘੱਟੋ ਘੱਟ ਹੋਵੇ ਜਿਹਦੀ ਮਤਲਬ ਕਿ ਤੁਸੀਂ ਕਪੈਸਿਟੀ ਹਜ਼ਾਰ ਦੇ ਕਰੀਬ ਰੱਖ ਲੋ ਜਿੱਥੇ ਮਤਲਬ ਕਿ ਕਹਿ ਲੋ ਅ ਬਹੁਤ ਜ਼ਿਆਦਾ ਸਖਤਾਈ ਹੋਣੀ ਚਾਹੀਦੀ ਹੈ ਹਾਲਾਂਕਿ ਮਨੁੱਖੀ ਅਧਿਕਾਰ ਸਾਡੇ ਇੱਥੇ ਤੁਹਾਨੂੰ ਪਤਾ ਉਹ ਬੜੀ ਤਵੱਜੂ ਮੰਗਦੇ ਨੇ ਤੇ ਉਹਨਾਂ ਨੂੰ ਤੁਹਾਨੂੰ ਦੇਣੀ ਵੀ ਚਾਹੀਦੀ ਹੈ ਉਹ ਇੱਕ ਅਲੱਗ ਵਿਸ਼ਾ ਹੈ ਜੀ ਪਰ ਜਿੱਥੇ ਹੁਣ ਕੋਈ ਬੰਦਾ ਸਮਾਜ ਵਾਸਤੇ ਅੰਦਰ ਰਹਿੰਦਾ ਬਾਹਰ ਖਤਰਾ ਬਣ ਗਿਆ ਤਾਂ ਉਹਦੇ ਵਾਸਤੇ ਤਾਂ ਫਿਰ ਇਹੀ ਹੱਲ ਬਰਚਦਾ ਹੈ ਨਾ ਜੀ ਕਿ ਠੀਕ ਹੈ ਉਹ ਉਹਨੂੰ ਜੋ ਦਾ ਬੁਨਿਆਦੀ ਅਧਿਕਾਰ ਬਣਦਾ ਜੇਲ੍ਹ ਚੋ ਦੇ ਦਿਓ ਪਰ ਉਹਦੇ ਤੇ ਨਿਗਰਾਨੀ ਤੰਤਰ ਤੁਹਾਡਾ ਜਿਹੜਾ ਉਹ ਪੂਰਾ ਪਹਿਰਾ ਦੇਵੇ ਜੀ ਇਸ ਤਰ੍ਹਾਂ ਦੀ ਜਾਂ ਤਾਂ ਜੇਲ੍ਹ ਦੀ ਵਿਵਸਥਾ ਕਰ ਲੋ ਹੋਰ ਤਾਂ ਤੁਹਾਡੇ ਕੋਲ ਕੋਈ ਹੱਲ ਨਹੀਂ ਹੈਗਾ ਸੋ ਇਸ ਕਰਕੇ ਇਹ ਇਹ ਬੁਨਿਆਦੀ ਜੜ ਹੈ ਜੇ ਆਪਾਂ ਦੇਖੀਏ ਕਿ ਚਾਹੇ ਉਹ ਗੈਂਗਸਟਰਾਂ ਦੀ ਗਿਣਤੀ ਵੱਧ ਰਹੀ ਹੈ ਚਾਹੇ ਉਹ ਦੂਸਰੇ ਕੈਦੀਆਂ ਦੀ ਗਿਣਤੀ ਵੱਧ ਰਹੀ ਹੈ ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਗਾਂ ਫਿਰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਵਭਵ ਬਣ ਜਾਂਦਾ ਮਾਮਲਾ ਜੀ 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 ਬਿਲਕੁਲ ਬਿਲਕੁਲ ਔਰ ਇਹ ਤੇ ਵਿਚਾਰ ਚर्चा ਹੋਣੀ ਚਾਹੀਦੀ ਹੈਗੀ ਆ ਮੇਰੇ ਖਿਆਲ ਨਾਲ ਥੋੜਾ ਧਿਆਨ ਦੇਣ ਦੀ ਜ਼ਰੂਰਤ ਆ ਹਾਂ ਜੀ ਠੀਕ ਜੀ